ਡਨ ਐਸਾ ਯਾਨੀ ਕਿ ਜਦੋਂ ਇਹ ਯਕੀਨੀ ਗੈਰ ਯਕੀਨੀ ਨਿਸ਼ਾਨੀਆਂ ਜ਼ਾਹਿਰ ਕਰਦੇ ਨੇ ਯਾਨੀ ਕਿ ਗੈਰ ਯਕੀਨੀ ਹਰਕਤਾਂ ਦਿੰਦੇ ਨੇ ਉਹ ਯਾਨੀ ਕਿ ਇੱਕ ਗੈਰ ਯਕੀਨੀ ਜੇ ਕੰਮ ਸੜਕ ਤੇ ਕਰ ਸੜਨ ਯਾਨੀ ਕਿ ਪਤਾ ਹੀ ਨਾ ਲੱਗੇ ਸੜਕ ਤੇ ਆ ਜਾਣ ਪਤਾ ਹੀ ਨਾ ਲੱਗੇ ਸੜਕ ਤੋਂ ਪਿੱਛਾ ਟੁਰ ਜਾਣ ਠੀਕ ਹੈ ਜੀ ਇਸ ਤਰ੍ਹਾਂ ਦੇ ਜਦੋਂ ਕੰਮ ਕਰਨਾ ਤੇ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਓਬਲੀਗਟਰੀ ਹੋਵੇ ਕਿ ਤੁਸੀਂ ਰੁਕ ਜਾਓ ਤੁਸੀਂ ਫਿਰ ਮਾਫੀ ਕਰ ਜਾਓ ਤੁਹਾਡੇ ਤੇ ਫਰਜ਼ ਹੈ ਨੀ ਐਨੀਮਾਲੀ ਜਿਹੜੇ ਜਾਨਵਰ ਨੇ ਕਿਸੇ ਤਰ੍ਹਾਂ ਨੂੰ ਜੋ ਮਿਲਣਗੇ ਸੁਲਾ ਸਰਦਾ ਸੜਕ ਤੇ ਦਾਨੋ ਸੇਮੀ ਦਿਸ ਪਾਵੇਂ ਤੋਂ ਔਰ ਦੇਂਦੇ ਨੇ ਦਾਨੋ ਦੇਤੇ ਹੈ ਸੇਮੀ ਨਿਸ਼ਾਨੀਆਂ ਦਿਸ ਪਾਵੇਂ ਤੋਂ ਡਰਨੇ ਦੀ ਜਾਨਵਰ ਸੜਕ ਤੇ ਆ ਜਾਣ ਤੇ ਪਤਾ ਉਹ ਡਰਨੇ ਦੇ ਨਿਸ਼ਾਨ ਨੇ ਨਾ ਅੱਗੇ ਜਾਂਦੇ ਨਾ ਪਿੱਛੇ ਉੱਠੀ ਇੰਜ ਵੇ ਕਰਦੇ ਨੇ ਲੈ ਜੂ ਡਰ ਇਹਨੇ ਦੇ ਯਾਨੀ ਉਹ ਇੱਕ ਇੱਕ ਰਿਫਲੈਕਸ ਦਿੰਦੇ ਹੁੰਦੇ ਨੇ ਇੱਕ ਰਿਫਲੈਕਸ ਹੀ ਦਿੰਦੇ ਹੁੰਦੇ ਨੇ ਕਿ ਵੀ ਅਸੀਂ ਡਰ ਰਹੇ ਹਾਂ ਠੀਕ ਹੈ ਜੀ ਉਸ ਤਰ੍ਹਾਂ ਦੀ ਅਗਰ ਕੰਡੀਸ਼ਨ ਬਣ ਜਾਏ ਤਾਂ ਫਿਰ ਵੀ ਤੁਸੀਂ ਰੁਕ ਕੇ ਜਦੋਂ ਜਾਨਵਰ ਸੜਕ ਤੇ ਆ ਜਾਣ ਦਾਨੋ ਸੇਨੀ ਦੀ ਸਪਾਵੇਂ ਤੋਂ ਤੁਸੀਂ ਰੁਕ ਜਾਓ ਓਬਲੀਗਟਰੀ ਤੁਹਾਡੇ ਤੇ ਫਰਜ਼ ਹੈ ਕੌਨ ਦਸੀ ਰਿਮਾਨੇ ਅਬਲੀਯਾਤੀ ਕੌਨ ਦਸੀ ਰਿਮਾਨੇ ਅਬਲੀਯਾਤੀ ਸੋਰੀ ਯਾਰ ਜਿਹੜੇ ਵਿੱਚ ਦੋ ਤਿੰਨ ਲਫ਼ਜ਼ ਨਾਲ ਮੈਂ ਤਰਜਮਾ ਕਰਨਾ ਭੁੱਲ ਗਏ ਅਸਾਂ ਕੌਨ ਦਸੀ ਰਿਮਾਨੇ ਅਬਲੀਯਾਤੀ ਯਾਨੀ ਕਿ ਜਦੋਂ ਤੁਸੀਂ ਰਵੋ ਅਬਲੀਯਾਤੀ ਯਾਨੀ ਕਿ ਤੁਹਾਨੂੰ ਜਦੋਂ ਕੋਈ ਸਮਝ ਨਾ ਆ ਰਹੀ ਹੋਵੇ ਤੁਹਾਨੂੰ ਕੋਈ ਸਮਝ ਨਾ ਆ ਰਹੀ ਹੋਵੇ ਕਿ ਕੀ ਕਰਾਂ ਚੱਲਾਂ ਨਾ ਚੱਲਾਂ ਉਦੋਂ ਤੁਸੀਂ ਤੁਹਾਡੇ ਤੇ ਓਬਲੀਗਟਰੀ ਹੋ ਤੁਸੀਂ ਰੁਕ ਜਾਓ ਨਲੀ ਕਰੋਚੀ ਅਗਲੀ ਕਿਹੜੀ ਗੱਲ ਹੈ ਨਲੀ ਕਰੋਚੀ ਚੌਂਕਾਂ ਦੇ ਵਿੱਚ ਫਿਰ ਫਰਪ ਸਾਰੇ ਗੁਜ਼ਾਰਨ ਵਾਸਤੇ ਇਹ ਵਹੀਕੁਲੀ ਗੱਡੀਆਂ ਨੂੰ ਕਿਸ ਪੇਟੀ ਲਫੜੇ 'ਚ ਦਿੰਦਾ ਜਿਹੜੀਆਂ ਆਪਣੇ ਹੱਕ ਵਾਸਤੇ ਖਲੋਤੀਆਂ ਨੇ ਉਹਨਾਂ ਨੂੰ ਗੁਜ਼ਾਰਨ ਵਾਸਤੇ ਤੁਸੀਂ ਰੁੱਕ ਜਾਓ ਤੁਹਾਡੇ ਤੋਂ ਓਬਲੀਗਟਰੀ ਹੋਏ ਫਰਜ਼ ਹੈ ਕਿ ਪਹਿਲੇ ਉਹਨਾਂ ਨੂੰ ਗੁਜ਼ਾਰੋ ਫਿਰ ਆਪ ਗੁਜ਼ਰੋ ਕਿਉਂਕਿ ਉਹਨਾਂ ਦਾ ਰਾਈਟ ਹੈ ਗੁਜ਼ਰਨ ਦਾ ਜਿਸਕਾ ਹੱਕ ਹੈ ਉਹਨਾਂ ਦਾ ਰਾਈਟ ਗੁਜ਼ਰਨੇ ਦਾ ਪਹਿਲੇ ਲਿਆ ਤੁਸੀਂ ਰੁੱਕ ਦਿਓ ਅੱਗੋਂ ਕੀ ਆਉਂਦੇ ਨੇ ਉਹ ਜਾਂ ਫਿਰ ਵੈਰੀਫਾਈ ਕਰ ਰਹੇ ਕਨਫਰਮ ਕਰਨ ਵਾਸਤੇ ਕਿਹੜੀ ਐਲਟਰੀ ਜਿਹੜੀਆਂ ਦੂਸਰੀਆਂ ਨੇ ਰਿਸਪੈਕਟਾਂ ਨੂੰ ਫਾਲੋ ਕਰਦੀਆਂ ਨੇ ਇਹ ਨੋਸਟਰੋ ਇਵੈਂਟ ਵਾਲੇ ਦਿਲ ਤੋਂ ਰਿਪ੍ਰੈਜੈਂਟੈਂਟ ਦਾ ਜਿਹੜਾ ਸਾਡਾ ਕੋਈ ਦਿਲ ਤੋਂ ਰਿਪ੍ਰੈਜੈਂਟੈਂਟ ਯਾਨੀ ਕਿ ਜਿਹੜਾ ਸਾਡਾ ਆਪਣਾ ਹੱਕ ਹੈ ਅਗਰ ਉਸ ਨੂੰ ਉਹ ਯਾਨੀ ਕਿ ਸਾਨੂੰ ਉਹ ਰਿਸਪੈਕਟ ਕਰਦੇ ਨੇ ਕਿ ਦਿਲ ਤੋਂ ਰਿਪ੍ਰੈਜੈਂਟੈਂਟ ਦਾ ਸਾਡਾ ਵਿੱਚ ਸਾਨੂੰ ਗੁਜ਼ਰਨ ਦੀ ਇਜਾਜ਼ਤ ਦਿੰਦੇ ਨੇ ਠੀਕ ਹੈ ਜੀ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਤੁਹਾਡੇ ਤੋਂ ਓਬਲੀਗਟਰੀ ਹੋ ਕਿ ਤੁਸੀਂ ਰੁਕ ਜਾਓ ਪਹਿਲੇ ਵੈਰੀਫਾਈ ਕਰੋ ਕਿ ਕਿਹੜੀ ਗਲਤੀ ਵੀ ਰਿਸਪੈਕਟਾਂ ਨੂੰ ਕਿ ਦੂਜੀਆਂ ਜਿਹੜੀਆਂ ਨੇ ਗੱਡੀਆਂ ਉਹ ਰਿਸਪੈਕਟ ਕਰਦੀਆਂ ਨੇ ਪਈਆਂ ਯਾਨੀ ਕਿ ਉਹ ਪਈਆਂ ਖਲੋਂਦੀਆਂ ਨੇ ਕਿ ਤੁਹਾਡਾ ਹੱਕ ਤੁਸੀਂ ਗੁਜ਼ਰੋ ਇਸ ਵਾਸਤੇ ਤੁਸੀਂ ਇਸ ਚੀਜ਼ ਨੂੰ ਵੈਰੀਫਾਈ ਕਰਨ ਯਾਨੀ ਕਿ ਕਨਫਰਮ ਕਰਨਾ ਹੈ ਕਿ ਮੇਰਾ ਹੱਕ ਹੈ ਮੈਂ ਗੁਜ਼ਰਨਾ ਲੇਕਿਨ ਤੁਸੀਂ ਇਹ ਕਨਫਰਮ ਦੂਜੀਆਂ ਗੱਡੀਆਂ ਉਹ ਕਰਨਾ ਕਿ ਦੂਜੇ ਆਇਆ ਰੁਕਦੇ ਨੇ ਤੇ ਤੁਹਾਨੂੰ ਕੱਢਣ ਵਾਸਤੇ ਪਹਿਲੇ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਵੀ ਤੁਹਾਡੇ ਤੋਂ ਓਬਲੀਗਟਰੀ ਹੋ ਤੁਸੀਂ ਰੁਕੋ ਅੱਛਾ ਹੁਣ ਕੁਇਜ਼ ਹੈ ਜੀ ਕੁਇਜ਼ ਕੀ ਨੇ ਨੋਨੇ ਵੇਰੋ ਵੇਰੋ ਨਹੀਂ ਆਇਆ ਕੀ ਵੇਰੋ ਨਹੀਂ ਆਇਆ ਇਹਨੇ ਤੇ ਸਾਰੀ ਉਹ ਜ਼ਰੂਰੀ ਹੈ ਇਨ ਕੋਰਸਪੋਡੈਂਸਾ ਨਜ਼ਦੀਕ ਨਹੀਂ ਪਾਸੀ ਕਰਾਬੇਲੀ ਜਿਹੜੀਆਂ ਪਾਸੀ ਕਰਾਬੇਲੀ ਯਾਨੀ ਕਿ ਦਰਵਾਜ਼ਿਆਂ ਦੇ ਬਾਹਰ ਬੂਹਿਆਂ ਅੱਗੇ ਫਟੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਪਾਸੀ ਕਰਾਬੇਲੀ ਅਸਾਂ ਜਿਹੜੀ ਪੜੀ ਸੀ ਉਹਨਾਂ ਨੂੰ ਨਜ਼ਦੀਕ ਓਬਲੀਗਟਰੀ ਹੋਵੇ ਤਾਂ ਤੁਸੀਂ ਰੋਕ ਲਓ ਨਾ ਫਾਲਸ ਹੋ ਉਹਨਾਂ ਦੇ ਸਾਹਮਣੇ ਨਹੀਂ ਓਬਲੀਗਟਰੀ ਉਹਨਾਂ ਸਾਹਮਣੇ ਅਸੀਂ ਸਟਾਪ ਸਿਰਫ ਔਰ ਸਿਰਫ ਜ਼ਰੂਰ ਦੇ ਮੁਤਾਬਕ ਕਰ ਸਕਦੇ ਹੋ ਅਸੀਂ ਉਹਨਾਂ ਸਾਹਮਣੇ ਰੋਕ ਹੀ ਨਹੀਂ ਸਕਦੇ ਆ ਠੀਕ ਹੈ ਜ਼ਰੂਰ ਤੁਹਾਨੂੰ ਤੁਸੀਂ ਉਹਨਾਂ ਸਾਹਮਣੇ ਸਟਾਪ ਕਰ ਸਕਦੇ ਹੋ ਲੋਕਾਂ ਨੂੰ ਬਹੁਤ ਅੱਗੇ ਤੁਸੀਂ ਸਟਾਪ ਕਰ ਸਕਦੇ ਹੋ ਅਗਰ ਜ਼ਰੂਰਤ ਨਹੀਂ ਆਇਆ ਤੇ ਇਸ ਗੱਲ ਕਰਕੇ ਫਾਲਸ ਹੋ ਉਹ ਇਨ ਪ੍ਰੋਸੀਮਿਤਾ ਜਾਂ ਜਿਹੜਾ ਅੱਗੇ ਜਾਂ ਪਹਿਲੇ ਦਲੇ ਫਰਮਾਤੇ ਦੀ ਆਟੋਬਸ ਜਿਹੜੇ ਸਟਾਪ ਬਣੇ ਨੇ ਆਟੋਬਸ ਉਹਨਾਂ ਤੋਂ ਪਹਿਲੇ ਨੋ ਫਾਲਸ ਉਹਨਾਂ ਤੋਂ ਪਹਿਲੇ ਵੀ ਤੁਸੀਂ ਨਹੀਂ ਰੁਕ ਸਕਦੇ ਫਾਲਸ ਹੋ ਓਬਲੀਗਟਰੀ ਨਹੀਂ ਹੈ ਤੁਹਾਡਾ ਉਹ ਜ਼ਰੂਰਤ ਦੇ ਮੁਤਾਬਕ ਹੀ ਨੇ ਠੀਕ ਹੈ ਅੱਛਾ ਜੀ ਸੇਸ ਯਾਤਰਾ ਵੇਰਸਾ ਇਹ ਗੱਲ ਤਾਂ ਵੇਲੋ ਚੀਤਾ ਉਨ ਇਨ ਕਰੋਚੋ ਅਵੇਲੋ ਦ੍ਰਿਤੋ ਦੀ ਪ੍ਰੀਚੇ ਦੇ ਦਿੰਦਾ ਇਨ ਕਾਜ਼ੋ ਦੀ ਚੀ ਜਾਂਦੇ ਨੋਨ ਪ੍ਰੈਸਕਲੋ ਦੇਰ ਸੀ ਉਨ ਕੋਨ ਕੋਰਸੋ ਦੀ ਕੋਲਪਾ ਅਗਰ ਤੁਸੀਂ ਇੱਕ ਚੌਂਕ ਦੇ ਵਿੱਚੋਂ ਗੁਜ਼ਰਦੇ ਹੋ ਟੇਲ ਸਪੀਡ ਦਾ ਬੇਸ਼ੱਕ ਤੁਹਾਡਾ ਭਾਵੇਂ ਪ੍ਰੀਚੇ ਦੇ ਦਿੰਦਾ ਤੁਹਾਡਾ ਪਹਿਲੇ ਗੁਜ਼ਰਨ ਦਾ ਹੱਕ ਹੈ ਤੁਸੀਂ ਰਾਈਟ ਰੱਖਦੇ ਹੋ ਆਪਣਾ ਗੁਜ਼ਰਨ ਦਾ ਪਹਿਲੇ ਅਗਰ ਐਕਸੀਡੈਂਟ ਕਰਦੇ ਹੋ ਜਾਂ ਐਕਸੀਡੈਂਟ ਹੋ ਜਾਂਦਾ ਹੈ ਤਾਂ ਤੁਸੀਂ ਐਕਸਕਲੂਡਰ ਸੀ ਤੁਸੀਂ ਬਾਹਰ ਨਹੀਂ ਹੋ ਉਸ ਕੰਕੋਰਸ ਦੀ ਕੋਲਪਾ ਉਸ ਹਾਦਸੇ ਜਿਹੜਾ ਹਾਦਸਾ ਹੈ ਕੰਕੋਰਸ ਦੀ ਕੋਲਪਾ ਜਿਹੜਾ ਹਾਦਸਾ ਹੈ ਤੁਸੀਂ ਉਹਦੇ ਵਿੱਚੋਂ ਬਾਹਰ ਨਹੀਂ ਹੋਇਆ ਫਿਰ ਵੀ ਅੱਛਾ ਸਿਰਸ ਯਾਤਰਾ ਵੈਸਾ ਅਗਰ ਗੁਜ਼ਰਦੇ ਹੋ ਅਦਲਤਾ ਵਿਲਜੋ ਚੀਤਾ ਯਾਨੀ ਕਿ ਸਪੀਡ ਜ਼ਿਆਦਾ ਨਾਲ ਹਾਈ ਸਪੀਡ ਨਾਲ ਤੁਸੀਂ ਗੁਜ਼ਰਦੇ ਹੋ ਇਹ ਉਹਨੂੰ ਕਰੋਚੋ ਇੱਕ ਚੌਂਕ ਦੇ ਵਿੱਚੋਂ ਇੱਕ ਚੌਂਕ ਦੇ ਵਿੱਚੋਂ ਅਗਰ ਤੁਸੀਂ ਗੁਜ਼ਰਦੇ ਜ਼ਿਆਦਾ ਸਪੀਡ ਨਾਲ ਅਵੈਂਡੋ ਰੱਖਦੇ ਹੋਇਆ ਦ੍ਰਿਤੋ ਦੀ ਪ੍ਰੇਚ ਦੇ ਦਿੰਦਾ ਬੇਸ਼ੱਕ ਤੁਹਾਡਾ ਆਪਣਾ ਹੱਕ ਕੇ ਪਹਿਲੇ ਰਾਈਟ ਹੈ ਗੁਜ਼ਰਨੇ ਦਾ ਫਿਰ ਵੀ ਅਗਰ ਤੁਸੀਂ ਅਲਟਾ ਸਪੀਡ ਵਿੱਚ ਚੌਂਕ ਦੇ ਵਿੱਚ ਗੁਜ਼ਰਦੇ ਹੋ ਇਨ ਕਾਜ਼ੋ ਦੀ ਇੰਸੀਡੈਂਟ ਤੇ ਐਕਸੀਡੈਂਟ ਦੀ ਸੂਰਤ ਵਿੱਚ ਨੋਨ ਪੂਰਸ ਕੋਲ ਦੇਰ ਸੀ ਤੁਸੀਂ ਬਾਹਰ ਨਹੀਂ ਹੋ ਸਕਦੇ ਉਸ ਹਾਦਸੇ ਵਿੱਚ ਉਨ ਕੋਰਸ ਦੀ ਕੋਲਪਾ ਉਸ ਹਾਦਸੇ ਵਿੱਚ ਫਿਰ ਵੀ ਤੁਸੀਂ ਬਾਹਰ ਨਹੀਂ ਹੋ ਤੁਹਾਡੇ ਉੱਤੇ ਫਿਰ ਵੀ ਪੈਨਲਟੀ ਲੱਗੇਗੀ ਤੁਹਾਡੇ ਉੱਤੇ ਫਰਦਰ ਜੁਰਮ ਆਇਦ ਕੀਤੀ ਜਾਏਗੀ ਕਿਉਂਕਿ ਤੁਸੀਂ ਰਿਸਪੈਕਟ ਨਹੀਂ ਕੀਤਾ ਕਿਸ ਚੀਜ਼ ਨੂੰ
ਮੋਡਰਾ ਰਹੇ ਲੈਵਲ ਚੀਤਾ ਨੂੰ, ਯਾਨੀ ਕਿ ਆਸਤਾ ਕਰਨੀ ਸੀ ਸਪੀਡ, ਤੁਸੀਂ ਆਸਤਾ ਨਹੀਂ ਕੀਤੀ, ਤੁਸੀਂ ਫੁੱਲ ਟਾਪੋ ਟਾਪ ਹੀ ਜਾ ਰਹੇ ਹੋ, ਬੇਸ਼ੱਕ ਤੁਹਾਡਾ ਪਾਵੇ ਰਾਈਟ ਹੈ, ਫਿਰ ਵੀ ਤੁਸੀਂ ਉਸ ਹਾਦਸੇ ਦੇ ਵਿੱਚ ਫਸੋਦੇ। ਕੌਣ ਤੁਸੀਂ ਵਿਆਹ ਜਾਓ, ਜਦੋਂ ਤੁਸੀਂ ਚਲੋ ਫਿਰ ਫੀਲੇ ਪਾਰਾ ਲੈ ਲਏ ਕਤਾਰਾਂ ਦੇ ਵਿੱਚ, ਯਾਨੀ ਕਿ ਜਦੋਂ ਤੁਸੀਂ ਕਤਾਰਾਂ ਦੇ ਵਿੱਚ ਚਲੋ ਤਾਂ ਫਿਰ ਕੀ ਇਹ ਐਗਜ਼ਾਮਪਲ ਮਿਸਾਲ ਤੌਰ ਤੇ ਲੂੰਗੋ ਲੈ ਕੋਰਸੀ ਦੀ ਕਨਾਲੀਜ਼ਾਸੀਓਂ ਨਹੀਂ, ਲੂੰਗੋ ਯਾਨੀ ਲੈ ਕੋਰਸੀ ਯਾਨੀ ਕਿ ਉਹ ਜਿਹੜੀਆਂ ਜਗ੍ਹਾ ਉਹ ਕੋਰਸੀ ਜਿਹੜੇ ਨੇ ਜਿਹਨਾਂ ਉੱਤੇ ਪਤਾ ਸੀ ਡਾਇਰੈਕਸ਼ਨ ਫੜਨ ਵਾਸਤੇ ਕੋਰਸੀ ਟਰੈਕ ਨੇ, ਯਾਨੀ ਕਿ ਇੱਧਰ ਬਰਗਮ ਇੱਧਰ ਮਿਲਾਨੋ ਸੈਂਟਰ ਵਾਲੇ ਕੋਰਸੀ ਵਿੱਚ ਸਿਰਵਾਂ ਦੇ, ਤੇ ਕਿੱਥੇ ਜਾਂਦੇ ਬਲੋਨੀਆ ਜਾਂਦੇ, ਉਹ ਕਨਾਲੀਜ਼ਾਸੀਓਂ ਵਾਲੇ ਕੋਰਸੀ ਹੁੰਦੇ ਨੇ, ਠੀਕ ਹੈ ਜੀ। ਅਸੀਂ ਅਗਰ ਉਹਨਾਂ ਦੇ ਵਿੱਚ ਚੱਲਨੇ ਆ ਪੈਰਾਲਲ ਕਤਾਰਾਂ ਦੇ ਵਿੱਚ ਚੱਲਨੇ, ਯਾਨੀ ਕਿ ਉੱਥੇ ਟ੍ਰੈਫਿਕ ਜ਼ਿਆਦਾ ਹੋ ਗਈ, ਇਨ ਟ੍ਰੈਫਿਕ ਦੇ ਕਨਾਲੀਜ਼ਾਤ ਜਿਵੇਂ ਕਿ ਟ੍ਰੈਫਿਕ ਦੀ ਡਾਇਰੈਕਸ਼ਨਾਂ ਦੇ ਵਿੱਚ ਹੋ ਗਈ ਹੈ, ਯਾਨੀ ਕਿ ਹਰ ਟ੍ਰੈਫਿਕ ਜਿੱਧਰ ਜਿੱਧਰ ਕਿਸੇ ਜਾਣਾ ਉਹਨੇ ਆਪਣਾ ਆਪਣਾ ਕੋਰਸੀਆਂ ਮੰਨ ਲਿਆ, ਜੇ ਬਲੋਨੀਆ ਜਾਣਾ ਕਿਸੇ ਨੇ ਉਹਨੇ ਬਲੋਨੀਆਂ ਦਾ ਮੰਨ ਲਿਆ, ਜੇ ਬਿਰਗਮ ਜਾਣਾ ਕਿਸੇ ਨੇ ਬਿਰਗਮ ਵਾਲਾ ਟਰੈਕ ਮੰਨੇ, ਤੇ ਜੇ ਅਗਰ ਕਿਸੇ ਨੇ ਮਿਲਾਨ ਜਾਣਾ ਤਾਂ ਉਹਨੇ ਮਿਲਾਨ ਵਾਲਾ ਟਰੈਕ ਮੰਨਿਆ, ਤਾਂ ਫਿਰ ਕੀ ਹੋਏਗਾ, ਇਹ ਪੋਸੀਬਲ ਹੈ, ਮੁਮਕਿਨ ਹੈ। ਕਹਿੰਦਾ ਕੋਰਸੀਆ ਦੀ ਦੇਸ ਤਰ੍ਹਾਂ ਜਿਹੜਾ ਦਿਸ ਤਰ੍ਹਾਂ ਕੋਰਸੀ ਹੈ ਨਾ ਸੱਜੇ ਹੱਠਲਾ ਸੀ ਚਿਰਕੁਲੀ ਚੱਲਣ ਐਗਮਾ ਵੇਲੋ ਚੀਤਾ ਇੱਕ ਸਪੀਡ ਸੁਪਰੀਅਰ ਹੈ ਆ ਕੋਈ ਲਾ ਦਿਸ ਤਰ੍ਹਾਂ। ਅੱਛਾ ਇਹ ਚੀਜ਼ ਹੋਵੇ ਸੜਕ ਦੇ ਉੱਤੇ ਤੁਸੀਂ ਨਾਰਮਲੀ ਸਪੀਡ ਜਿਹੜੀ ਹੈ ਨਾ ਉਹ ਕਿਸ ਤਰ੍ਹਾਂ ਚੱਲਦੇ ਹਾਂ ਅਸੀਂ, ਦਿਸ ਤਰ੍ਹਾਂ ਤੋਂ ਟੁਰੀ ਦਾ ਤੇ ਸਮਿਸਤਰੀ ਵਾਲੀ ਹੱਥਲ ਨੂੰ ਤੇਜ਼ ਹੁੰਦੀ ਜਾਂਦੀ ਸਪੀਡ, ਯਾਨੀ ਕਿ ਪਹਿਲਾ ਟਰੈਕ ਦਿਸ ਤਰ੍ਹਾਂ ਦੇਵੇ ਅੱਗੋਂ ਦੂਜਾ ਟਰੈਕ ਤੁਹਾਡੇ ਦਿਸ ਤਰ੍ਹਾਂ ਤੁਸੀਂ ਚੱਲਦੇ ਹੋ ਸਮਿਸਤਰੀ ਦੇ ਆਵੇਗਾ, ਫਿਰ ਅਗਰ ਤੁਸੀਂ ਸੈਂਟਰ ਵਿੱਚ ਚੱਲਦੇ ਹੋ ਤੇ ਤ੍ਰਿਜਾ ਟਰੈਕ ਤੁਹਾਡਾ ਫਿਰ ਸਮਿਸਤਰੀ ਦੇ ਆਵੇਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਟਰੈਕ ਜ਼ਿਆਦਾ ਵੱਧਦੇ ਜਾਂਦੇ ਨਾ ਉਹ ਤਾਂ ਸਮਿਸਤਰੀ ਵੱਲ ਨੂੰ, ਇਸੇ ਤਰ੍ਹਾਂ ਉਹਨਾਂ ਟਰੈਕਾਂ ਦੀ ਸਪੀਡ ਵੀ ਵੱਧਦੀ ਜਾਂਦੀ ਹੈ, ਉਹਨਾਂ ਟਰੈਕਾਂ ਦੀ ਸਪੀਡ ਜ਼ਿਆਦਾ ਚੱਲਦੀ। ਇੱਥੇ ਕੀ ਹੋ ਜਾਂਦੇ ਕਿ ਅਗਰ ਤੁਸੀਂ ਕਨਾਲੀਜ਼ਾਤ ਹੋ ਗਈ ਹੋ ਨਾ, ਅਗਰ ਤੁਸੀਂ ਕਤਾਰਾਂ ਵਿੱਚ ਲਾ ਕੇ ਫੀਲੇ ਪਾਰਾ ਲੈ ਲਏ, ਯਾਨੀ ਕਿ ਕਤਾਰਾਂ ਵਿੱਚ ਚੱਲ ਰਹੇ ਹੋ ਟ੍ਰੈਫਿਕ ਜ਼ਿਆਦਾ ਹੋ ਗਈ ਜਾਂ ਹਰ ਕਿਸੇ ਨੇ ਆਪਣਾ ਆਪਣਾ ਟਰੈਕ ਮੰਨ ਲਿਆ, ਤਾਂ ਉੱਥੇ ਹੋ ਸਕਦਾ ਹੈ ਨਾਲਾ ਕੋਰਸੀਆ ਦੀ ਦੇਸ ਤਰ੍ਹਾਂ ਜਿਹੜਾ ਕੋਰਸੀਆ ਦਿਸ ਤਰ੍ਹਾਂ ਨਾ ਜਿਹੜਾ ਪਹਿਲਾ ਟਰੈਕ ਸੜਕ ਦਾ ਉਹਦੇ ਉੱਤੇ ਉਹਨਾਂ ਵੇਲੇ ਚੀਤਾ ਕਿ ਸਪੀਡ ਸੁਪਰੀਅਰ ਹੈ ਜ਼ਿਆਦਾ ਹੋ ਸਕਦੀ ਹੈ ਇੱਕ ਗੱਡੀ ਦੀ ਦੀ ਕੋਇਲਾ ਦੀ ਸਮਿਸਤਰਾ ਸਮਿਸਤਰਾ ਦੀ ਨਿਸਬਤ ਜਿਸ ਤਰ੍ਹਾਂ ਦੇ ਉੱਤੇ ਸਪੀਡ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਉਹ ਟਰੈਕ ਹੀ ਕਨਾਲੀਜ਼ਾਸੀਓਂ ਨਾਲੇ ਨੇ, ਹਰ ਬੰਦੇ ਨੇ ਆਪਣੀ ਡਾਇਰੈਕਸ਼ਨ ਫੜ ਲਈ ਹੈ ਉੱਥੇ, ਠੀਕ ਹੈ। ਅੱਛਾ ਮੈਂ ਤੁਹਾਨੂੰ ਇੱਥੋਂ ਇੱਕ ਇੱਕ ਮਿਸਾਲ ਦੇਣਾ ਠਹਿਰ। ਅੱਛਾ ਫਰਜ਼ ਕਰੋ ਨਾ ਟ੍ਰੈਫਿਕ ਚੱਲ ਰਹੀ ਐਸ 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 ਕਰੀ ਜਾਂ ਛੱਡ ਕੇ ਜਾਂਦੀ ਤੇ ਇਹਨੂੰ ਦੇਖੋ ਤੁਸੀਂ ਜਾ ਰਹੇ ਨੇ, ਠੀਕ ਹੈ। ਅੱਛਾ ਹੁਣ ਇੱਕ ਤਾਰਾਂ ਵਿੱਚ ਸਾਣੀਆਂ ਗੱਡੀਆਂ ਚੱਲ ਰਹੀਆਂ, ਠੀਕ ਹੈ। ਫਰਜ਼ ਕਰੋ ਅੱਗੇ ਚੌਂਕ ਆ, ਚੌਂਕ ਨਹੀਂ ਹੈ ਸੋਰੀ ਹੈ, ਇੱਥੇ ਫਰਜ਼ ਕਰੋ ਚੌਂਕ ਅੱਗੇ ਸਾਹਮਣੇ ਚੌਂਕ, ਇਹ ਵਾਲੀ ਕਤਾਰ ਜਿਹੜੀ ਇੱਧਰ ਜਾ ਰਹੀ ਰੂਮਾਂ ਨੂੰ, ਸੈਂਟਰ ਵਾਲਾ ਟਰੈਕ ਜਾ ਰਿਹਾ ਕਿੱਧਰ ਬਲੋਨੀਆਂ ਨੂੰ, ਦਿਸ ਤਰ੍ਹਾਂ ਦਾ ਟਰੈਕ ਜਿਹੜਾ ਨਹੀਂ ਕਿੱਧਰ ਨੂੰ ਜਾ ਰਿਹਾ ਬਿਰਗਮ, ਠੀਕ ਹੈ। ਪਹਿਲੇ ਤਰ੍ਹਾਂ ਟਰੈਕ ਅਸੀਂ ਲੈ ਗਏ, ਠੀਕ ਹੈ। ਅੱਛਾ ਉਹਨਾਂ ਕਨਾਲੀਜ਼ਾਸੀਓਂ ਹੋ ਗਏ ਨੇ, ਇਸ ਟਰੈਕ ਨੇ ਇੱਥੋਂ ਇੱਥੇ ਇਸ ਤਰ੍ਹਾਂ ਮੁੜ ਜਾਣਾ, ਇਸ ਨੇ ਸਿੱਧਾ ਅਗਾਂ ਨਿਕਲ ਜਾਣਾ, ਇਸ ਨੇ ਇੱਥੋਂ ਅੱਗੋਂ ਜਾ ਕੇ ਇਸ ਤਰ੍ਹਾਂ ਮੁੜ ਜਾਣਾ। ਉਹ ਆਖਦੇ ਨੇ ਕਿ ਵੇਲੋ ਚੀਤਾ ਹਾਈ ਹੋ ਸਕਦਾ, ਜ਼ਿਆਦਾ ਸਪੀਡ ਹੋ ਸਕਦਾ ਦਿਸ ਤਰ੍ਹਾਂ ਦਾ ਸਨਿਸਤਰ ਵਾਲੇ ਦੀ ਨਿਸਬਤ, ਨਾਰਮਲੀ ਸਨਿਸਤਰ ਵਾਲੀ ਸਪੀਡ ਤੇਜ਼ ਹੁੰਦੀ ਹੈ ਕਿਉਂਕਿ ਓਵਰਟੇਕ ਵਾਲਾ ਹੁੰਦਾ ਕੁਰਸੀ ਆ, ਕਿਉਂਕਿ ਟ੍ਰੈਫਿਕ ਹਮੇਸ਼ਾ ਸਟਾਰਟ ਦਿਸ ਤਰ੍ਹਾਂ ਤੋਂ ਨੀਚੇ ਚੱਲਣੀ, ਜਿਉਂ ਜਿਉਂ ਉਹ ਤਾਂ ਕੁਰਸੀ ਆਉਂਦੇ ਜਾਂਦੇ ਉਹਨਾਂ ਸਪੀਡ ਵਧਦੀ ਜਾਂਦੀ ਹੈ, ਠੀਕ ਹੈ। ਅਗਰ ਇਸ ਤਰ੍ਹਾਂ ਕਨਾਲੀਜ਼ਾਸੀਓਂ ਲੈਣਾ ਹੋ ਤਾਂ ਕਤਾਰਾਂ ਵਿੱਚ ਫੀਲੇ ਪਾਰਾ ਲੈ ਲਿਆ ਇਸ ਚੀਜ਼ ਨੂੰ ਆਉਂਦੇ ਜਾਂਦੇ ਕਿ ਕਤਾਰਾਂ ਵਿੱਚ ਚੱਲ ਰਹੇ ਨੇ ਅਗਰ ਪਿੱਛੇ। ਅੱਛਾ ਜਦੋਂ ਇੰਝ ਕਤਾਰਾਂ ਵਿੱਚ ਹੋ ਜਾਣ ਆਪਣੀ ਆਪਣੀ ਡਾਇਰੈਕਸ਼ਨ ਮੰਨ ਲੈਣ, ਤੇ ਫਿਰ ਇਸ ਸਮਿਸਤਰ ਦੀ ਨਿਸਬਤ ਜਿਹੜਾ ਦਿਸ ਤਰ੍ਹਾਂ ਕੋਰਸੀ ਆ ਨਾ ਕਾਲੀ ਗੱਡੀ ਆ, ਇਹ ਜ਼ਿਆਦਾ ਤੇਜ਼ ਚੱਲ ਸਕਦਾ, ਯਾਨੀ ਕਿ ਗੱਡੀਆਂ ਜ਼ਿਆਦਾ ਤੇਜ਼ ਚੱਲ ਸਕਦੀਆਂ ਨੇ ਇਹਨਾਂ ਦੀ ਨਿਸਬਤ। ਉਹਦੀ ਕੀ ਵਜ੍ਹਾ ਕਿ ਹਰ ਨੇ ਆਪਣੀ ਆਪਣੀ ਡਾਇਰੈਕਸ਼ਨ ਫੜ ਲਈ ਹੋਣ, ਇਹਨਾਂ ਨੂੰ ਪਤਾ ਸਾਂ ਇੱਥੇ ਇੱਧਰ ਸਮਿਸਤਰਾ ਮੋੜ ਜਾਣਾ, ਸੈਂਟਰ ਵਾਲਿਆਂ ਨੂੰ ਪਤਾ ਸਾਂ ਡਾਇਰੈਕਟ ਹੀ ਜਾਣਾ, ਤੇ ਇੱਧਰ ਜਿਹੜਾ ਦਿਸ ਤਰ੍ਹਾਂ ਇਹਨਾਂ ਨੂੰ ਪਤਾ ਸਾਂ ਜਾ ਕੇ ਡਾਈ ਮੋੜ ਜਾਣਾ, ਠੀਕ ਹੈ। ਯਾਨੀ ਕਿ ਹਰ ਬੰਦਾ ਜਦੋਂ ਆਪਣੀ ਡਾਇਰੈਕਸ਼ਨ ਲੈ ਸਕਦਾ, ਤੇ ਫਿਰ ਇਹ ਡਿਪੈਂਡ ਨਹੀਂ ਕਰਦਾ ਕਿ ਕਿਹੜਾ ਕੋਰਸੀ ਜ਼ਿਆਦਾ ਤੇਜ਼ ਚੱਲਦਾ ਹੈ, ਫਿਰ ਡਿਪੈਂਡ ਕਰਦਾ ਹੈ ਕਿ ਉਹਨੂੰ ਰਾਹ ਯਾਨੀ ਕਿ ਕਿਹੜਾ ਕੋਰਸੀ ਜਲਦੀ ਲਿਬਰ ਆਉਂਦਾ ਤੇ ਉਹ ਜਲਦੀ ਉਹਦੇ ਤੇ ਚੱਲਦੀ ਹੈ ਟ੍ਰੈਫਿਕ, ਠੀਕ ਹੈ। ਇਹ ਚੀਜ਼ ਮੈਂ ਦੱਸਦਾ ਫਿਰ ਫੀਲੇ ਪਾਰਾ ਲੈ ਲਓ ਜਿਹਨੂੰ ਚੱਲਦੇ ਹੋਣ, ਇਹ ਪੋਸੀਬਲ ਹੈ ਮੁਮਕਿਨ ਹੈ ਕਿ ਨਾਲਾ ਕੋਰਸੀਆ ਦੀ ਦਿਸ ਤਰ੍ਹਾਂ ਜਿਹੜਾ ਦਿਸ ਤਰ੍ਹਾਂ ਦੀ ਟਰੈਕ ਹੈ ਚਿਰਕੁਲਾ ਚੱਲੇਗਾ, ਇਹਦੇ ਵੇਲੇ ਚੀਤਾ ਇੱਕ ਸਪੀਡ ਸੁਪਰੀਅਰ ਹੈ ਜ਼ਿਆਦਾ ਦੀ ਕੋਇਲਾ ਦੀ ਸਨਿਸਤਰਾ, ਯਾਨੀ ਕਿ ਕੋਇਲ ਸਨਿਸਤਰ ਤੋਂ ਜ਼ਿਆਦਾ ਜਿਹੜੀ ਸਪੀਡ ਹੈ ਸਪੀਡ ਉਹ ਦਿਸ ਤਰ੍ਹਾਂ ਦੀ ਹੋ ਸਕਦੀ ਹੈ ਟਰੈਕ ਦੀ, ਠੀਕ ਹੈ। ਅੱਛਾ ਅੱਛਾ ਹੁਣ ਅਸਾਂ ਜਿੰਨੀਆਂ ਚੀਜ਼ਾਂ ਪੜ੍ਹੀਆਂ ਨੇ ਸਾਰੀਆਂ ਓਬਲੀਗਾਟੋਰੀਆਂ ਸਾਡੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸਾਂ ਕੀ ਕਰਨਾ ਫਿਰ ਮਾਰੇ ਕਰਨਾ, ਅਸੀਂ ਇਹ ਸਾਰੀਆਂ ਚੀਜ਼ਾਂ ਪਹਿਲੇ ਪੜ੍ਹ ਵੀ ਚੁੱਕੇ ਹਾਂ, ਇਹਨਾਂ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਇਸ ਸਾਰੇ ਚੈਪਟਰ ਵਿੱਚ ਜਿਹੜੀ ਅਸਾਂ ਪਹਿਲਾਂ ਨਾ ਪੜ੍ਹੀ ਹੋਵੇ, ਲੇਕਿਨ ਇੱਥੇ ਜ਼ਿਆਦਾ ਵਾਜ਼ਿਆ ਕਰਦੇ ਨੇ ਪਿਓ ਗੌਰਮੈਂਟ ਨੇ ਕਿ ਚੈਪਟਰ ਹੀ ਇਸ ਵਾਸਤੇ ਰੱਖੇ ਹੈ ਕਿ ਬੰਦੇ ਨੂੰ ਥੋੜ੍ਹਾ ਜਿਹਾ ਹੋਰ ਜ਼ਿਹਨ ਬਣਾਇਆ ਜਾਵੇ, ਹੋਰ ਜ਼ਿਹਨ ਫਿਰ ਮਜ਼ਬੂਤ ਕੀਤਾ ਜਾਵੇ ਤਾਂ ਕਿ ਉਹਨੂੰ ਪੜ੍ਹਨ ਲੱਗਿਆ ਉਸਨੂੰ ਆਸਾਨੀ ਰਹੇ, ਉਹਨੂੰ ਸਮਝ ਰਹੇ।